ਸਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ, ਗੱਲ ਕਰਕੇ ਹੱਡ ਚੁੱਕਾ ਸੀ, ਕਹਿੰਦਾ ਬਸ ਫੇਰ ਫੋਨ ਕਰੂੰਗਾ, ਗੱਲ ਕੀਤੀ ਆ ਫੋਨ ਕੱਟ ਦਿੱਤਾ। ਕੈਨੇਡਾ ਦੇ ਵਿੱਚ ਦਿਨੋਂ ਦਿਨ ਇਹੋ ਜਿਹੀਆਂ ਨੌਜਵਾਨਾਂ ਦੀਆਂ ਖਬਰਾਂ ਦਿਨਾਂ ਦਿਨ ਆਉਣ ਦਾ ਸਿਲਸਿਲਾ ਖਤਮ ਹੀ ਨਹੀਂ ਹੋ ਰਿਹਾ। 28 ਸਾਲਾਂ ਦਾ ਨੌਜਵਾਨ ਆਪਣੀ ਮਾਸੀ ਕੋਲ ਪੜ੍ਹਿਆ ਲਿਖਿਆ ਸੀ ਅਤੇ ਹੁਣ ਮਾਸੀ ਦੇਖ ਰਹੇ ਹੋ ਕਿ ਕਿੰਨਾ ਰੋ ਰੋ ਕੇ ਉਸਦਾ ਬੁਰਾ ਹਾਲ ਹੈ। ਪਾਰ ਤੇ ਦੁੱਖਾਂ ਦਾ ਪਹਾੜ ਹੀ ਗਿਰ ਗਿਆ ਹੈ। ਇਸ ਨੌਜਵਾਨ ਦੀ ਆਤਮਾ ਦੀ ਸ਼ਾਂਤੀ ਵਾਸਤੇ ਇੱਕ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੀ, ਵਾਹਿਗੁਰੂ।